ਤੁਸੀਂ ਬੰਬੇ ਵਿੱਚ ਜਾ ਕੇ ਸੜਕਾਂ 'ਤੇ ਰਹੇ। ਉਹ ਟਾਈਮ ਸੜਕਾਂ 'ਤੇ ਰਹਿੰਦੇ ਸੀ ਅੱਜ ਹੋਟਲਜ਼ ਵਿੱਚ ਰਹਿੰਦੇ। ਅੱਜ ਕੱਲ੍ਹ ਨਾ ਜਿਹੜੇ ਨਵੇਂ ਆਰਟਿਸਟ ਹੁੰਦੇ ਆ ਜਾਂ ਕੋਈ ਵੀ ਕਿਸੇ ਫੀਲਡ ਵਿੱਚ ਨਵਾਂ ਹੈ ਉਹ ਚਾਹੁੰਦਾ ਕਿ ਮੈਂ ਪਹਿਲੇ ਦਿਨ ਹੀ ਉੱਚਾ ਪਹੁੰਚ ਜਾ ਟੌਪ 'ਤੇ। ਹਰ ਚੀਜ਼ ਲਈ ਟਾਈਮ ਲੱਗਦਾ ਹੈ। ਮੰਜ਼ਿਲ ਦੀਆਂ ਬਾਤਾਂ ਤਾਂ ਖ਼ਾਬ ਜੈਸੀ ਬਾਤਾਂ ਹੈ। ਮੰਜ਼ਿਲ ਦੀਆਂ ਬਾਤਾਂ ਤਾਂ ਖ਼ਾਬ ਜੈਸੀ ਬਾਤਾਂ ਹੈ। ਉਮਰ ਬੀਤ ਜਾਂਦੀ ਹੈ ਰਾਹ ਤੇ ਬਣਾਣੇ। ਮੈਨੂੰ ਲੱਗਦਾ ਇਹ ਚੀਜ਼ ਦਾ ਫਰਕ ਹੈ ਤੁਹਾਡੇ ਟਾਈਮ ਤੇ ਇੰਨੀ ਫੈਸਿਲਿਟੀਆਂ ਨਹੀਂ ਸੀ ਗਿਆ ਅੱਜ ਕੱਲ ਯੰਗ ਬੱਚਿਆਂ ਨੂੰ ਇੰਨੀ ਜ਼ਿਆਦਾ ਫੈਸਿਲਿਟੀਆਂ ਮਿਲ ਜਾਂਦੀ ਹੈ ਕਿ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨੂੰ ਇੰਨਾ ਸਟਰਗਲ ਨਹੀਂ ਕਰਨ ਦਿੰਦੇ ਤੁਸੀਂ ਆਪਣੇ ਟਾਈਮ ਤੇ ਇੰਨਾ ਸਟਰਗਲ ਕੀਤਾ ਮੈਂ ਤੁਹਾਡੀ ਇੰਟਰਵਿਊਸ ਹੁੰਦੀਆਂ ਤੁਸੀਂ ਬੰਬੇ ਵਿੱਚ ਜਾ ਕੇ ਸੜਕਾਂ 'ਤੇ ਰਹੇ ਹੋ ਉਹ ਟਾਈਮ ਸੜਕਾਂ 'ਤੇ ਰਹਿੰਦੇ ਸੀ ਅੱਜ ਹੋਟਲਜ਼ ਵਿੱਚ ਰਹਿੰਦੇ ਹੋ ਤਾਂ ਕਿਵੇਂ ਦੇਖਦੇ ਉਸ ਜਿਹੜੇ ਪਤਾ ਕੀ ਹੋਗਾ ਨਾ ਬੇਟਾ ਜਦੋਂ ਅਸੀਂ ਗਏ ਸੀ ਨਾ ਉਦੋਂ ਟੀਵੀ ਸੀਰੀਅਲ ਨਹੀਂ ਸੀ ਹੁੰਦੇ ਹੂੰ ਇਹ ਗੈਨੇ ਮੀਡੀਆ ਵੇ ਡਾਉਨ ਹੋਣੇ ਸੀ ਹੁੰਦਾ ਮੋਬਾਈਲ ਆ ਗਏ ਹੁਣ ਤੁਸੀਂ ਆਡੀਸ਼ਨ ਦੇਣਾ ਤੁਸੀਂ ਭੇਜ ਦਿੰਦੇ ਹੋ ਤੁਹਾਨੂੰ ਕੰਮ ਮਿਲ ਜਾਂਦਾ ਤੇ ਇੰਨੇ ਚੈਨਲ ਆ ਗਏ ਇੰਨਾ ਕੁਝ ਆ ਗਿਆ ਕੰਮ ਇੰਨਾ ਵਧ ਗਿਆ ਕਿ ਹਰ ਇੱਕ ਬੰਦੇ ਨੂੰ ਐਟਲੀਸਟ ਇਹ ਹੈ ਕਿ ਉਹਨੂੰ ਸਟਰਗਲ ਕਰਨ ਦੀ ਲੋੜ ਨਹੀਂ ਯਾਨੀ ਰੋਜ਼ੀ ਰੋਟੀ ਉਹ ਕਮਾ ਸਕਦਾ ਫਿਰ ਬਾਕੀ ਅੱਗੇ ਗਰਾਫ ਵਧਣਾ ਇਹ ਉਹਦੀ ਕਿਸਮਤ ਦੀ ਗੱਲ ਹੈ ਬਾਕੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂਗਾ ਕਿ ਜ਼ਿੰਦਗੀ ਚ ਜੋ ਤੁਸੀਂ ਕਰਨਾ ਚਾਹੁੰਦੇ ਨਾ ਉਹੀ ਕਰੋ ਹੂੰ ਦੂਜਾ ਨਹੀਂ ਕਰਨਾ ਦੂਜੀ ਚੀਜ਼ ਨਹੀਂ ਕਰਨਾ ਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਮੈਂ ਕਈ ਵਾਰੀ ਸੁਣਾਇਆ ਹੈ ਹੈ ਨਾ ਟਾਈਮ ਆਪਣੇ ਕੋਲ ਹੂੰ ਬਹੁਤ ਟਾਈਮ ਹੈ ਤੇ ਮੈਂ ਥੋੜਾ ਜਨਾਮੀ ਐਕਟਰ ਬਣ ਗਿਆ ਮੈਂ ਪਿੰਡ ਆਇਆ ਹਜੇ ਚਾਹ ਪੀ ਰਿਹਾ ਮੇਰੀ ਬੀਬੇ ਕਹਿੰਦੀ ਥਾਣੇ ਜਾ ਕੇ ਆ ਅੱਛਾ ਮੈਂ ਕਿਹਾ ਥਾਣੇ ਕੀ ਕਰਨਾ ਹੈ ਕਹਿੰਦੀ ਤੇਰੀ ਮਾਸੀ ਦਾ ਮੁੰਡਾ ਫੜਿਆ ਹੋਇਆ ਹੈ ਉੱਥੇ ਅੱਛਾ ਉਹਨੂੰ ਛਡਾ ਲਿਆ ਹਮ ਮੈਂ ਕਹ ਮੈਂ ਕੋਈ ਅਸੈਂਸ ਵੀ ਲਗਿਆ ਕਹਿੰਦੇ ਨਹੀਂ ਨਹੀਂ ਥੋੜਾ ਨਾਮੀ ਫੇਰ ਹੈ ਇੱਜ਼ਤ ਨਾ ਛੱਡ ਦੇਣਗੇ ਅੱਛਾ ਮੈਂ ਡਰਦੇ ਡਰਦੇ ਚਲਾ ਗਿਆ ਯਾਰ ਮੈਨੂੰ ਕੋਈ ਜਾਣਦਾ ਤਾਂ ਨਹੀਂ ਉਥੇ ਥਾਣੇਦਾਰ ਬੈਠਾ ਸੀ ਉਹ ਕਹਿੰਦਾ ਗੱਲ ਕਰ ਰਿਹਾ ਸੀ ਉਹਨੇ ਮੈਨੂੰ ਦੇਖਿਆ ਉਹ ਤੁਸੀਂ ਫਿਰ ਮਾ ਜਾਉਨੇ ਹੋ ਨਾ ਆਜੋ ਆਜੋ ਮੈਨੂੰ ਉਹਨੇ ਬਿਠਾ ਲਿਆ ਉਹ ਬੰਦੇ ਨੂੰ ਕਹਿੰਦਾ ਚੱਲ ਫਿਰ ਕੱਲ ਆਈ ਤੂੰ ਅੱਛਾ ਹੋਇਆ ਜੀ ਤੇ ਉਹਦੇ ਨਾਲ ਗੱਲਾਂ ਗੁੱਲਾਂ ਕਰਦੇ ਮੈਂ ਕਿਹਾ ਜੀ ਕਹਿੰਦੇ ਦੱਸੋ ਮੈਂ ਕਿਹਾ ਮੇਰੀ ਮਾਸੀ ਦਾ ਮੁੰਡਾ ਉਹ ਬਲਾਗ ਨੂੰ ਅੱਗੇ ਨੂੰ ਨਾ ਕੰਮ ਕਰੇ ਛੱਡ ਤਾਂ ਬਿਠਾ ਤਾਂ ਅੱਛਾ ਕਹਿੰਦਾ ਪਰ ਤੁਹਾਡੇ ਤਾਂ ਹੀ ਮੈਨੂੰ ਕੰਮ ਹੈ ਮੈਂ ਕਿਹਾ ਦੱਸੋ ਮੈਨੂੰ ਕਹਿੰਦਾ ਮੈਂ ਗਾਣੇ ਲਿਖਦਾ ਹਾਂ ਨਾ ਹਾਂ ਆਈ ਏ ਮੈਂ ਸੌਂਗ ਰਾਈਟਰ ਹੂੰ ਹੁਣ ਪਹਿਲੀ ਗੱਲ ਤਾਂ ਅਜੀਬ ਲੱਗੀ ਕਿ ਥਾਣੇਦਾਰ ਹੈ ਉਹਦੀ ਇਮੇਜ ਹੀ ਲਗ ਹੁੰਦੀ ਹੈ ਵੀ ਇਹ ਰਾਈਟਰ ਕਿਵੇਂ ਹੋ ਸਕਦਾ ਸਾਡੇ ਦਿਮਾਗ ਤਾਂ ਇਹ ਹੀ ਜਾਂਦੇ ਨਾ ਰਾਈਟਰ ਤਾਂ ਕੋਈ ਵੀ ਹੋ ਸਕਦਾ ਹੈ पर एकदम वक्त मेरे दिमाग दिमाग च गया भी ये थानेदार है वर्दी पाई हुई है सख्त जेहरा गाने लिखने वाला तो मतलब की मैं अच्छा गाने लिख दो मेरा ना गाना फिल्म च रिकॉर्ड करवाओ उन्हें ज्यों रजिस्टर क्या मेरी कोई गल नहीं सुनी अच्छा उन्हें गाने सुनाने शुरू कर करते और गाने इन्ने वाली फिर कमाल वर्डिंग एनी अच्छी मैं मतलब बहुत घट बे लिखे देखे मैं क्या सर ती गाने लिखदे हूं ਤੇ ਤੁਸੀਂ ਆਰਟਿਸਟ ਆਦਮੀ ਹੋ ਤੇ ਥਾਣੇਦਾਰ ਹਾਂ ਉਹ ਕਹਿੰਦਾ ਯਾਰ ਇਹ ਗੱਲ ਨਾ ਕਰ ਮੇਰਾ ਦਾਦਾ ਕਹਿੰਦਾ ਸੀ ਵੀ ਘਰ 'ਚ ਕੋਈ ਪੁਲਿਸ ਵਾਲਾ ਹੋਣਾ ਚਾਹੀਦਾ ਅੱਛਾ ਕਹਿੰਦਾ ਸਾਡੇ ਘਰ ਪੁਲਿਸ ਆਉਂਦੀ ਹੁੰਦੀ ਸੀ ਉਹ ਕੇਸ ਕੋਸ ਹੁੰਦੇ ਸੀ ਤੇ ਸਾਡੇ ਬੜੇ ਡਰਦੇ ਸੀ ਉਹ ਕਹਿੰਦਾ ਸਾਡਾ ਬੰਦਾ ਹੀ ਪੁਲਿਸ 'ਚ ਹੋਣਾ ਚਾਹੀਦਾ ਮੇਰੇ ਦਾਦੇ ਨੇ ਮੈਨੂੰ ਪੁਲਿਸ ਚ ਭਰਤੀ ਕਰਾਤਾ ਮੇਰਾ ਮਨ ਹੀ ਨਹੀਂ ਲੱਗਦਾ ਇੱਥੇ ਹੂੰ ਕਹਿੰਦਾ ਮੈਂ ਤਾਂ ਲੈਕਚਰਰ ਬਣਨਾ ਚਾਹੁੰਦਾ ਸੀ ਉਹ ਵੀ ਲਿਟਰੇਚਰ ਦਾ ਅੱਛਾ ਇਹ ਕਿクセ ਹੋ ਗਿਆ ਹੂੰ ਜੋ ਕਰਨਾ ਕੁਝ ਹੋਰ ਚਾਹੁੰਦਾ ਸੀ ਹੋ ਗਿਆ ਮੈਂ ਨਾਬੇ ਪੀਪੀਐਸ ਚ ਪੜਿਆ ਹੂੰ ਪੰਜਾਬ ਪਬਲਿਕ ਸਕੂਲ ਨਾਬਾ ਇੰਗਲਿਸ਼ ਸਕੂਲ ਤੇ ਉੱਥੇ ਮੈਂ ਬਿਮਾਰ ਹੋ ਗਿਆ ਤੇ ਮੈਨੂੰ ਬੰਦਾ ਕਹਿੰਦਾ ਉਹ ਸਾਹਮਣੇ ਯਾਰ ਇੱਕ ਡਾਕਟਰ ਸ਼ਾਮੀ ਆਉਂਦਾ ਉਹਦਾ ਕਲੀਨਿਕ ਹੈ ਦਿਨੇ ਉਹ ਆਪਣਾ ਹਸਪੀਟਲ ਚ ਕੰਮ ਕਰਦਾ ਤੇ ਮੈਂ ਸ਼ਾਮ ਨੂੰ ਪਹੁੰਚ ਗਿਆ ਮੇਰੇ ਸਾਹਮਣੇ ਜਿਹੜੇ ਬੰਦੇ ਸੀ ਮਰੀਜ਼ ਗਏ ਆ ਗਏ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਬਹੁਤਾਰ ਬਹੁਸੀ ਹੂੰ ਤੇ ਮੈਂ ਦੇਖਿਆ ਉਹ ਤੇ ਸਪੋਰਟਸ ਦੀਆਂ ਬਹੁਤ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਹੋਈਆਂ ਡਾਕਟਰ ਦੇ ਕਲੀਨਿਕ 'ਚ ਮਗਰ ਡਾਕਟਰ ਦੇ ਕਲੀਨਿਕ 'ਚ ਫੋਟੋ ਮਤਲਬ ਕੋਈ ਜੈਵਲਨ ਥਰੋ ਦਾ ਬੰਦਾ ਹੈ ਕੋਈ ਕ੍ਰਿਕਟ ਦਾ ਵੱਡਾ ਬੰਦਾ ਵਿਸ਼ਨ ਸਿੰਘ ਵੇਦੀ ਹੈ ਜੀ ਉਹ ਵੱਡੀਆਂ ਫੋਟੋਆਂ ਲੱਗੀਆਂ ਹੋਈਆਂ ਹੌਕੀ ਵਾਲਿਆਂ ਦੀਆਂ ਲੱਗੀਆਂ ਹੋਈਆਂ ਪਤਾ ਨਹੀਂ ਮੇਰੇ ਮੂੰਹ 'ਚੋਂ ਨਿਕਲ ਕੇ ਮੈਂ ਕਿਹਾ ਡਾਕਟਰ ਸਾਹਿਬ ਤੁਹਾਨੂੰ ਸਪੋਰਟਸ ਦਾ ਸ਼ੌਕ ਹੈ ਉਹਨੇ ਹੌਥੀ ਸਟੈਥੋਸਕੋਪ ਰੱਖ ਲਈ ਮੈਂ ਨਾ سپورਟ ਚ ਜਾਣਾ ਚਾਹੁੰਦਾ ਸੀ ਹਾਂ ਨੈਸ਼ਨਲ ਲੈਵਲ ਤੱਕ ਖੇਡਿਆ ਅੱਛਾ ਹੈ ਤੇ ਆਓ ਜਰਾ ਤੁਹਾਨੂੰ ਦਿਖਾਉਣਾ ਮੈਂ ਕਿਹਾ ਜੀ ਮੈਨੂੰ ਚੈੱਕ ਉਹ ਕਰ ਲਾਂਗੇ ਯਾਰ ਉਹ ਮੈਨੂੰ ਉਹ ਕਹਿੰਦਾ ਜੈਵਲਨ ਲੈ ਜਾ ਜੈਵਲਨ ਉਹ ਮੈਨੂੰ ਬਾਹਰ ਗਰਾਊਂਡ ਚ ਲੈ ਗਿਆ ਉੱਥੇ ਜੈਵਲਨ ਮੈਨੂੰ ਥਰੋ ਕਰਕੇ ਸੁੱਟ ਕੇ ਦਿਖਾ ਰਿਹਾ ਮੈਂ ਕਿਹਾ ਬਹੁਤ ਵਧੀਆ ਬਹੁਤ ਕਹਿੰਦਾ ਨਹੀਂ ਨਹੀਂ ਇੱਕ ਵਾਰੀ ਹੋਰ ਉਹ ਬੰਦੇ ਨੂੰ ਫੇਰ ਚੁਕਾਈ ਫੇਰ ਉਹਨੇ ਜੈਵਲਨ ਥਰੋ ਕੀਤੀ ਕਹਿੰਦਾ ਇੱਕ ਵਾਰੀ ਹੋਰ ਦਿਖਾਵਾ ਮੈਂ ਕਹਿੰਦਾ ਓਹ ਕਿਵੇਂ ਹੈ ਤੁਸੀਂ ਫਿਰ ਰਿਪੋਰਟਸ ਜਗੈ ਸੀ ਇੱਧਰ ਕਿਉਂ ਆਏ ਕਹਿੰਦਾ ਮੇਰੀ ਨਾਨੀ ਕਹਿੰਦੇ ਸੀ ਡਾਕਟਰ ਸਾਡੇ ਨਾਲ ਦੋ ਕਰ ਰਿਸ਼ਤੇਦਾਰ ਮਰ ਗਏ ਸੀ ਇਲਾਜ ਖੋਣੋ ਉਹ ਕਹਿੰਦੇ ਘਰ ਚ ਡਾਕਟਰ ਹੋਣਾ ਚਾਹੀਦਾ ਅੱਛਾ ਮੇਰਾ ਮਨ ਨਹੀਂ ਲੱਗਦਾ ਇੱਥੇ ਮਰੀਜ਼ਾਂ ਨੂੰ ਦੇਖੀਦਾ ਹੈ ਪੈਸੇ ਕਮਾਈ ਦੇ ਸੈਟੀਸਫੈਕਸ਼ਨ ਨਹੀਂ ਹੈ ਸੈਟੀਸਫੈਕਸ਼ਨ ਉਹ ਮੇਰਾ ਦਿਮਾਗ ਉੱਧਰ ਹੈ ਉਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਜਿਹੜੇ ਵੀ ਬੱਚੇ ਨੇ ਔਰ ਜੋ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਉਧਰ ਜਾਣ ਦਿਓ ਦੇ ਰੈਂਸ ਨੂੰ ਸਿਰਫ ਸਪੋਰਟ ਕਰਨ ਹੂੰ ਇਉਂ ਜ਼ਿੰਦਗੀ 'ਚ ਜਿਹੜੇ ਫੀਲਡ 'ਚ ਜਾਣਾ ਚਾਹੁੰਦੇ ਨੇ ਉਹਦੇ ਚ ਜਾ ਸਮਾਨ ਸ਼ੂਕ ਸਕਦੇ ਨੇ ਹੂੰ ਵਰਨਾ ਫਿਰ ਇੰਜ ਆਏ ਇੱਕ ਰਾਈਟਰ थानेदार ਬਣ ਜਾਏਗਾ ਸਹੀ ਗੱਲ ਇੱਕ ਸਪੋਰਟਸਮੈਨ ਫਿਰ ਡਾਇਰੈਕਟਰ ਬਣ ਜਾਏਗਾ ਮਨ ਖੁਸ਼ ਨਹੀਂ ਹੋਏਗਾ ਪੈਸੇ ਕਹਿੰਦੇ ਬਥੇਰੇ ਕਮਾ ਲੈਣੇ ਆ ਮਨ ਪਰ ਖੁਸ਼ੀ ਨਹੀਂ ਆ ਇਸ ਲਈ ਮੈਂ ਕਹਿੰਦਾ ਵੀ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ 'ਚ ਜਾਓ ਉਹਦੇ ਜੇ ਤੁਸੀਂ ਸਕਾਈਜ਼ ਦਾ ਲਿਮਟ ਤੇ ਇਸ ਲਈ ਹੁਣ ਫਿਦਾ ਨੇ ਸੋਚਿਆ ਮੈਂ ਹੀਰੋ ਬਣਨਾ ਹੀਰੋ ਬਣ ਕੇ ਹੁਣ ਅੱਗੇ ਲੱਗੇ ਕਹਾਣੀ ਸ਼ੁਰੂ ਹੋ ਗਈ ਸਕਾਈਜ਼ ਦਾ ਲਿਮਟ ਬਾਕੀ ਇਹਦੀ ਮਿਹਨਤ ਹੈ ਟੈਲੈਂਟਡ ਦਾ ਆਇਆ